ਜਲੰਧਰ 'ਚ ਪੁਲਿਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਦੋਂ ਪੁਲਿਸ ਨੇ ਠੱਗੀ ਮਾਰਨ ਵਾਲੇ ਇੱਕ ਸ਼ਖਸ ਨੂੰ ਕਾਬੂ ਕੀਤਾ। ਜਾਣਕਾਰੀ ਮੁਤਾਬਕ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ CM ਐਸੋਸੀਏਸ਼ਨ ਨਾਮ ਦੀ ਕੰਪਨੀ ਲੋਕਾਂ ਨਾਲ ਠੱਗੀ ਕਰਦੀ ਸੀ, ਜਿਸ 'ਤੇ ਪੁਲਿਸ ਨੇ ਕਾਰਵਾਈ ਕਰਦੇ ਹੋਏ ਕੰਪਨੀ ਦੇ ਸੇਲਸਮੈਨ ਨੂੰ ਕਾਬੂ ਕੀਤਾ। ਜੋ ਕੁਰਕਰੇ ਅਤੇ ਚਿਪਸ ਬਣਾਉਂਦੀ ਹੈ, ਉਹਨਾਂ ਨੇ ਇੱਕ ਕੰਪਲੇਂਟ ਦਿੱਤੀ ਸੀ ਸੀਨੀਅਰ ਆਫਿਸਰ ਸਾਹਿਬਾਨ ਨੂੰ, ਜਿਨ੍ਹਾਂ ਦੀ ਇਨਕੁਆਇਰੀ 'ਤੇ ਵਿਸ਼ਾਲ ਸ਼ਰਮਾ ਪੁੱਤਰ ਅਸ਼ੋਕ ਸ਼ਰਮਾ ਨਿਊ ਪ੍ਰਿਥਵੀ ਨਗਰ ਦੇ ਖਿਲਾਫ ਮੁਕੱਦਮਾ ਰਜਿਸਟਰ ਕੀਤਾ ਸੀ। ਜੋ ਇਹ ਵਿਅਕਤੀ ਇਹਨਾਂ ਦੇ ਮਾਰਕੀਟ ਦੇ ਵਿੱਚੋਂ ਸਿਹਤ ਕੰਪਨੀ ਦਾ ਸੇਲਸਮੈਨ ਸੀ ਅਤੇ ਮਾਰਕੀਟ ਦੇ ਵਿੱਚ ਕੁਰਕਰੇ ਅਤੇ ਚਿਪਸ ਦੇ ਜਿਹੜੇ ਪੇਮੈਂਟ ਸੀ ਉਹ ਹਜ਼ਮ ਕਰ ਗਿਆ। ਜੋ ਇਸਨੇ ਐਸਾ ਕਰਕੇ ਕਰੀਬ 9,35,274 ਰੁਪਏ ਦੀ ਠੱਗੀ ਮਾਰੀ ਹੈ ਅਤੇ 4-5 ਲੱਖ ਰੁਪਏ ਦਾ ਇਹਨੇ ਹੋਰ ਉਧਾਰ ਸੀਗਾ ਉਹ ਵੀ ਨਹੀਂ ਉੱਥੇ ਚੁਕਾਇਆ। ਜੇਕਰ ਇਹ ਖਾਸ ਹੈ ਕਿ ਮੁਲਜ਼ਮ CM ਐਸੋਸੀਏਸ਼ਨ ਪ੍ਰਾਈਵੇਟ ਲਿਮਿਟਡ ਨਾਮਕ ਕੰਪਨੀ 'ਚ ਬਤੌਰ ਸੇਲਸਮੈਨ ਕੰਮ ਕਰਦਾ ਸੀ ਅਤੇ ਜਲੰਧਰ 'ਚ ਵੱਖ ਵੱਖ ਹੋਲਸੇਲ ਦੀ ਦੁਕਾਨਾਂ ਤੋਂ ਆਰਡਰ ਲੈ ਕੇ ਮਾਲ ਸਪਲਾਈ ਕਰਦਾ ਸੀ। ਮਾਲ ਸਪਲਾਈ ਹੋਣ ਤੋਂ ਬਾਅਦ ਉਹ ਦੁਕਾਨਾਂ ਤੋਂ ਨਗਦ ਪੇਮੈਂਟ ਇਕੱਠੀ ਕਰਕੇ ਕੈਸ਼ੀਅਰ ਦੇ ਕੋਲ ਜਮ੍ਹਾਂ ਕਰਦਾ ਸੀ ਅਤੇ ਜਦੋਂ ਕੰਪਨੀ ਵੱਲੋਂ ਹਿਸਾਬ ਮਿਲਾਏਗਾ ਤਾਂ ਉਸ 'ਚ ਕਾਫੀ ਫਰਕ ਨਜ਼ਰ ਆਇਆ। ਫਿਲਹਾਲ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਮੁਲਜ਼ਮ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਜਲੰਧਰ ਤੋਂ ਵਿਨੋਦ ਸਬਰਵਾਲ ਦੀ ਰਿਪੋਰਟ, ਲਿਵਿੰਗ ਇੰਡੀਆ ਨਿਊਜ਼, ਪੰਜਾਬ।